ਅੱਜ ਕਿਸਾਨਾਂ ਦਾ ਨਹੀਂ ਇਹ ਅੰਦੋਲਨ ਅੱਜ ਜਨ ਅੰਦੋਲਨ ਬਣ ਚੁੱਕਿਆ ਹੈ। ਸੋ ਸਪੈਸ਼ਲ ਅੱਜ ਇੱਥੇ ਪਹੁੰਚੇ ਨੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੰਜਾਬ ਦੀ ਇੰਡਸਟਰੀ ਮਿਊਜ਼ਿਕ ਵਿੱਚ ਇੱਕ ਵੱਡਾ ਚਿਹਰਾ ਨੇ ਤੇ ਇੱਥੇ ਆ ਕੇ ਜੋ ਕਿਸਾਨੀ ਅੰਦੋਲਨ ਲਈ ਯੋਗਦਾਨ ਪਾ ਰਹੇ ਨੇ, ਮੈਂ ਅਪੀਲ ਕਰੂੰਗਾ ਕਿ ਆਪਣੇ ਵਿਚਾਰ ਸੰਗਤਾਂ ਨਾਲ ਰੂਬਰੂ ਕਰਨ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਮੈਂ ਇਹ ਸਾਂਝੀ ਸਾਥ ਵਾਲਿਆਂ ਨੂੰ ਧੰਨਵਾਦ ਕਰਦਾ ਪਹਿਲਾਂ ਤਾਂ ਕਿ ਇਹਨਾਂ ਨੇ ਮੈਨੂੰ ਬੁਲਾਇਆ ਇੱਥੇ, ਹੈ ਨਾ। ਤੇ ਪਹਿਲਾਂ ਵੀਰ ਨਾਲ ਮੈਂ ਗੱਲ ਕਰਦਾ ਸੀ ਕਿ ਵੀਰੇ ਮੇਰੇ ਇੱਥੇ ਆਉਣ ਦਾ ਕੀ ਫਾਇਦਾ, ਜਾਂ ਮੈਂ ਹੈਸ਼ਟੈਗ ਪਾ ਦੇਵਾਂ ਸੋਸ਼ਲ ਮੀਡੀਆ 'ਤੇ ਪਾ ਦੇਵਾਂ ਕਿ ਆਈ ਸਪੋਰਟ ਕਿਸਾਨ, ਹੈ ਨਾ, ਵੀ ਉਹਦੇ ਨਾਲ ਫਾਇਦਾ ਕੀ ਆ। ਇਹ ਕਹਿੰਦੇ ਵੀਰੇ ਤੁਹਾਨੂੰ ਵੱਧ ਲੋਕ ਸੁਣਦੇ ਨੇ। ਹੁਣ ਮੈਂ ਜੋ ਮੇਰੇ ਦਿਮਾਗ 'ਚ ਆ ਕਿ ਪੰਜਾਬ ਨੂੰ ਤਾਂ ਆਲਰੇਡੀ ਪਤਾ ਕਿ ਕੀ ਕਾਨੂੰਨ ਨੇ, ਕੀ ਮਾੜਾ ਉਹਨਾਂ 'ਚ ਅਤੇ ਉਹਨਾਂ ਦਾ ਕੀ ਮਾੜਾ ਅਸਰ ਹੋਊਗਾ, ਹੈ ਨਾ। ਪਰ ਜਿਵੇਂ ਆਪਣਾ ਥੋੜ੍ਹਾ ਜਿਹਾ ਕੁਛ ਪਛੜੀ ਹੋਈ ਸਟੇਟਸ ਨੇ, ਹੈ ਨਾ, ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਥੋੜ੍ਹੀ ਜਿਹੀ ਘੱਟ ਆ। ਆਵਾਜ਼ ਆਉਂਦੀ ਹੈ ਵੀਰੇ? ਠੀਕ ਆਉਂਦੀ ਹੈ ਨਾ, ਬਸ ਠੀਕ ਆ। ਅਤੇ ਠੀਕ ਆ, ਮੈਂ ਕਿਹਾ ਠੀਕ ਉਹ ਆਉਂਦੀ ਉੱਥੇ ਤੱਕ। ਅਤੇ ਬਹੁਤ ਲੋਕਾਂ ਨੂੰ, ਚਾਹੇ ਐਂ ਲਾ ਲਓ ਆਪਣੇ ਐਂਟੀ ਨੇ, ਚਾਹੇ ਲਾ ਲਓ ਦੂਜੀ ਸੋਚ ਵਾਲੇ ਨੇ, ਐਂਟੀ ਨਾ ਹੀ ਕਹੀਏ, ਚਲੋ ਆਪਣੇ ਵਿੱਚੋਂ ਹੀ ਹੁੰਦੇ ਨੇ। ਹੁਣ ਆਪਣੇ ਕਿਹੜਾ ਸਾਰੇ ਪਿੰਡਾਂ 'ਚੋਂ ਸਾਰੇ ਲੋਕ ਆ ਗਏ? ਬਹੁਤ ਲੋਕ ਸੋਚ ਕੇ ਬੈਠੇ ਨੇ ਕਿ ਰਿਜ਼ਲਟ ਨਹੀਂ ਆਉਣਾ, ਨਤੀਜਾ ਨਹੀਂ ਹੋਣਾ, ਜਾਂ ਕਾਨੂੰਨਾਂ 'ਚ ਮਾੜਾ ਕੁਛ ਨਹੀਂ। ਮੈਨੂੰ ਵੀ ਡਾਊਟ ਸੀਗਾ ਵੀ ਸ਼ਾਇਦ ਮਾੜਾ ਹੋਵੇ ਹੀ ਨਾ। ਇੱਕ ਬੰਦਾ ਕਹਿੰਦਾ ਬਈ ਕਾਲੇ ਨੇ, ਇੱਕ ਕਹਿੰਦਾ ਚਿੱਟੇ ਨੇ, ਜਮਾਂ ਹੀ ਦੁੱਧ ਵਰਗੇ। ਤਾਂ ਇਹ ਸਾਂਝੀ ਸਾਥ ਵਾਲਿਆਂ ਨੇ ਮੈਨੂੰ ਬੁੱਕ ਦਿੱਤੀ ਆ, ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ, ਲਿਖੀ ਹੋਈ ਆ ਜੋਗਿੰਦਰ ਸਿੰਘ ਤੋਰ ਦੀ, ਹਾਈ ਕੋਰਟ ਵਿੱਚ ਐਡਵੋਕੇਟ ਨੇ। ਤਾਂ ਇਹ ਕਿਤਾਬ ਦਾ ਇੱਕ ਇੱਕ ਪੰਨਾ ਪੂਰੀ ਸਰਲ ਭਾਸ਼ਾ। ਹੈਲੋ, ਹਾਂ, ਤੇ ਮੈਂ ਕਹਿ ਰਿਹਾ ਸੀ ਕਿ ਜਿਹੜੇ ਆਪਣੇ ਲੀਗਲ ਨੋਟਿਸ ਹੁੰਦੇ ਨੇ ਜਾਂ ਜਿਹੜੀ ਲੀਗਲ ਭਾਸ਼ਾ ਨਾ, ਕਾਨੂੰਨੀ ਭਾਸ਼ਾ, ਉਹ ਹਰੇਕ ਬੰਦੇ ਨੂੰ ਸਮਝ ਨਹੀਂ ਆ ਸਕਦੀ। ਅਸਲ 'ਚ ਜੇ ਕੋਈ ਮੇਰੇ ਵਰਗਾ ਬੰਦਾ ਹੀ ਪੜ੍ਹਨ ਲੱਗੇ ਉਹਨੂੰ, ਤਾਂ ਉਹਨੂੰ ਨੋਟਿਸ ਸਮਝ ਨਹੀਂ ਆਉਂਦਾ, ਦੋ ਤੋਂ ਵੱਧ ਪੇਜ ਪੜ੍ਹ ਨਹੀਂ ਸਕਦਾ। ਇਹ ਕਿਤਾਬ ਦਾ ਫਾਇਦਾ ਕੀ ਹੈ? ਮੇਰੇ ਵਰਗੇ ਘੱਟ ਸਮਝਣ ਵਾਲੇ ਲੋਕ ਜਾਂ ਫਿਰ ਜਿਹੜੇ ਸਟੇਟਸ ਵਿੱਚ ਐਜੂਕੇਸ਼ਨ ਘੱਟ ਆ, ਉਹਨਾਂ ਨੂੰ ਵੀ, ਹੈ ਨਾ, ਆਪਾਂ ਸਮਝਾ ਸਕਦੇ ਹਾਂ। ਅਤੇ ਇਹ ਬੁੱਕ ਮੈਨੂੰ ਲੱਗਦਾ ਹੈਗੀ ਹਿੰਦੀ 'ਚ, ਹਾਂ ਇਹ ਬੁੱਕ ਹਿੰਦੀ 'ਚ ਵੀ ਹੈਗੀ ਆ, ਹੈ ਨਾ। ਤਾਂ ਮੇਰੀ ਅਸਲ 'ਚ ਮੇਰਾ ਇੱਥੇ ਆਉਣ ਦਾ ਮਕਸਦ ਤੁਹਾਨੂੰ ਕੁਛ ਵੀ ਦੱਸਣਾ ਨਹੀਂ ਹੈਗਾ, ਤੁਹਾਨੂੰ ਸਭ ਪਤਾ, ਮੇਰੇ ਨਾਲੋਂ ਜ਼ਿਆਦਾ ਪਤਾ, ਹੈ ਨਾ। ਪਰ ਜਿਹੜੇ ਲੋਕ ਕਹਿੰਦੇ ਨੇ ਕਿ ਚੱਕਰ ਕੋਈ ਨਹੀਂ, ਵੀ ਇਹ ਤਾਂ ਕਾਨੂੰਨ ਠੀਕ ਨੇ, ਕਿਸਾਨ ਦੇ ਹੱਕ 'ਚ ਨੇ, ਤਾਂ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਜਵਾਬ ਆ, ਸਾਡੀਆਂ ਸ਼ੰਕਾਵਾਂ, ਸਾਡੇ ਸ਼ੱਕ ਕੀ ਨੇ, ਸਾਨੂੰ ਕੀ ਡਰ ਨੇ, ਇਹ ਕਾਨੂੰਨ ਨਾਲ ਕੀ ਹੋ ਸਕਦਾ। ਉਹ ਇਹਦੇ 'ਚ ਲਿਖਿਆ ਵਾ, ਤੁਸੀਂ ਇੱਕ ਵਾਰ ਪੜ੍ਹੋ, ਚਾਹੇ ਮੋਦੀ ਜੀ ਪੜ੍ਹਨ, ਚਾਹੇ, ਹੈ ਨਾ, ਆਪਣੇ ਕੈਪਟਨ ਸਰ ਪੜ੍ਹਨ, ਜਿਹੜੇ ਮਰਜ਼ੀ ਪੜ੍ਹ ਕੇ ਸਾਨੂੰ ਜਵਾਬ ਦੇ ਦੇਣ ਇਹਦਾ, ਕਿ ਇਹ ਕਿਤਾਬ ਦੇ ਜਿਹੜੇ ਸਾਡੇ ਡਾਊਟ ਨੇ ਉਹਨਾਂ ਦੇ ਬਦਲੇ ਤੁਹਾਡਾ ਜਵਾਬ ਕੀ ਹੈ। ਇਹ ਚੀਜ਼ ਆ, ਜੇ ਇਹ ਕਿਤਾਬ ਸਾਡੀ ਕੋਸ਼ਿਸ਼, ਅਸੀਂ ਐਂ ਚਾਹਾਂਗੇ ਕਿ ਇਹ ਯੂਪੀ ਦੇ ਵਿੱਚ ਵੀ ਅਸੀਂ ਹਿੰਦੀ 'ਚ ਵੰਡ ਕੇ ਆਈਏ ਕੁਝ ਲੋਕਾਂ ਨੂੰ, ਤਾਂ ਕਿ ਉਹਨਾਂ ਨੂੰ ਪੜ੍ਹਾ ਸਕੀਏ। ਅਸੀਂ ਇਹਦੀ PDF ਬਣਾਵਾਂਗੇ, ਇੰਟਰਨੈਟ 'ਤੇ ਭੇਜਾਂਗੇ, ਹੈ ਨਾ, ਸੋਸ਼ਲ ਮੀਡੀਆ 'ਤੇ ਸਾਰੀ 'ਤੇ ਵਾਇਰਲ ਕਰਾਂਗੇ, ਇਹੀ ਕਰ ਸਕਦੇ ਹਾਂ ਵੀਰੇ। ਅਤੇ ਬਾਕੀ ਕੁਛ ਸ਼ਿਕਵੇ ਹੁੰਦੇ ਨੇ ਵੀ ਕਲਾਕਾਰਾਂ ਦੇ ਮਗਰ ਆਉਣ ਵਾਲੀ ਭੀੜ ਬਹੁਤ ਆ, ਹੈ ਨਾ। ਜਿਹੜੇ ਬਿਨਾਂ ਕਲਾਕਾਰਾਂ ਤੋਂ ਉਰੇ ਬੈਠੇ ਨੇ ਉਹ ਯੋਧੇ ਨੇ, ਜਿਹੜੇ ਕਲਾਕਾਰਾਂ ਦੇ ਮਗਰ ਆਉਂਦੇ ਨੇ ਉਹ ਕਲਾਕਾਰਾਂ ਦੇ ਫੈਨ ਨੇ ਵੀਰੇ, ਕਲਾਕਾਰਾਂ ਦੇ ਮਗਰ ਹੀ ਚਲੇ ਜਾਂਦੇ ਨੇ, ਉਹ ਬੰਦੇ ਮੇਰੀ ਨਿਗਾਹ 'ਚ ਵਧੀਆ ਨਹੀਂ ਹੁੰਦੇ, ਹੈ ਨਾ। ਅਤੇ ਜੇ ਕਲਾਕਾਰਾਂ ਦੇ ਮਗਰੋਂ ਹੀ ਬੈਠੇ ਹੋ ਤਾਂ ਤੁਹਾਡੇ ਲਈ ਤਾੜੀ ਹੈ, ਜੇ ਕਲਾਕਾਰਾਂ ਦੇ ਮਗਰ ਹੀ ਜਾਓਗੇ ਤਾਂ ਵੀਰੇ ਗੱਲ ਬੜੀ ਮਾੜੀ ਹੈ। ਧੰਨਵਾਦ। ਇੱਕ ਗੱਲ, ਹਾਂ, ਸ਼ਾਇਦ ਮੈਂ ਭੁੱਲ ਜਾਂਦਾ ਹੁੰਦਾ ਕਦੇ ਕਦੇ, ਕਿ ਜਿਵੇਂ ਸਪੋਜ਼, ਹੈ ਨਾ, ਇੱਕ ਆਪਾਂ ਸਮਝੀ ਜਾਂਦੇ ਨੇ ਹੁਣ ਸਾਰੇ ਪਾਸੇ ਹੋਇਆ ਵਾ, ਇੱਕ ਕਿਸਾਨਾਂ ਦਾ ਅੰਦੋਲਨ, ਕਿਸਾਨ ਅੰਦੋਲਨ, ਕਿਸਾਨ ਅੰਦੋਲਨ, ਕਿਸਾਨ ਅੰਦੋਲਨ ਤਾਂ ਹੈ ਕਿਉਂਕਿ ਕਿਸਾਨਾਂ ਨੂੰ ਸਮਝ ਆ, ਆਪਣੇ ਪੰਜਾਬ ਦੇ ਕਿਸਾਨ ਪੜ੍ਹੇ ਲਿਖੇ ਨੇ, ਐਜੂਕੇਟਡ ਹੋ ਗਏ, ਤਾਂ ਉਹਨਾਂ ਨੂੰ ਪਤਾ ਕਿ ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਕੀ ਨੁਕਸਾਨ ਹੋ ਸਕਦਾ। ਪਰ ਕਿਸਾਨਾਂ ਨੇ ਖੜ੍ਹਾ ਕਰਤਾ ਅੰਦੋਲਨ, ਬਹੁਤ ਬੜੀ ਗੱਲ ਆ, ਹੈ ਨਾ। ਉਹ ਤੋਂ ਬਾਅਦ ਜਦੋਂ ਲਾਗੂ ਹੋ ਗਏ, ਸਭ ਤੋਂ ਪਹਿਲਾਂ ਕਿਸਾਨ ਮਾਰਿਆ ਜਾਊਗਾ, ਜਿਨ੍ਹਾਂ 'ਤੇ ਅਸਰ ਹੋਊਗਾ। ਅਸਰ ਕਿਹਦੇ 'ਤੇ ਹੋਣਾ? ਸਾਰੀ ਸੋਸਾਇਟੀ 'ਤੇ ਅਸਰ ਹੋਣਾ, ਇਕੱਲੀ 'ਤੇ ਹੋਣਾ, ਸਾਰਿਆਂ 'ਤੇ ਹੋਣਾ ਜੀ। ਧੰਨਵਾਦ ਸਾਰਿਆਂ ਨੂੰ, ਜਿਨ੍ਹਾਂ ਨੂੰ ਵੀ ਵੱਧ ਹੋ ਸਕੇ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਹਫ਼ਤੇ 'ਚ ਇੱਕ ਵਾਰ, ਜੇ ਬਹੁਤੇ ਬਿਜ਼ੀ ਹੋ ਜਾਂ ਤੁਹਾਡੇ ਤੋਂ ਨਹੀਂ ਸਰਦਾ, ਹਫ਼ਤੇ 'ਚ ਇੱਕ ਵਾਰ ਆਓ, ਹੈ ਨਾ। ਜੇ ਜਿਨ੍ਹਾਂ ਨੇ ਖੜ੍ਹਨਾ ਹੀ ਮੋੜ 'ਤੇ ਆ, ਪਿੰਡਾਂ 'ਚ ਖੜ੍ਹੇ ਨੇ, ਹੈ ਨਾ, ਉਹ ਥੋੜ੍ਹੀ ਜਿਹੀ
ਸੰਗ ਸ਼ਰਮ ਕਰ ਲੈਣੀ ਚਾਹੀਦੀ ਆ, ਆਪਾਂ ਨੂੰ ਇੱਥੇ ਪਹੁੰਚ ਜਾਣਾ ਚਾਹੀਦਾ। ਬਾਕੀ ਜਿੰਨਾ ਜਿੰਨਾ ਹੋ ਸਕੇ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ, ਚਾਹੇ ਮਜ਼ਦੂਰ ਆ, ਚਾਹੇ ਕਿਸਾਨ ਆ, ਚਾਹੇ ਕੋਈ ਜੋਬ ਕਰਨ ਵਾਲੇ ਮੇਰੇ ਵਰਗਾ ਹਨ, ਚਾਹੇ ਕੋਈ ਕਲਾਕਾਰ ਆ, ਜਿੰਨਾ ਕੁ ਹੋ ਸਕੇ ਜਦੋਂ ਹੋ ਸਕੇ ਉਦੋਂ ਯੋਗਦਾਨ ਪਾ ਦਿਓ। ਫਿਰ ਇਹ ਹੋ ਸਕਦਾ ਨਾ ਹੁਣ ਥਰਡ ਵੇਵ ਆ ਰਹੀ ਹੈ ਜਾਂ ਥਰਡ ਵੇਵ ਦਾ ਬਹਾਨਾ ਆ ਰਿਹਾ ਤਾਂ ਉਦੋਂ ਆਪਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਜਾ ਸਕਦਾ, ਉਦੋਂ ਪਹਿਲਾਂ ਪਹਿਲਾਂ ਜੋ ਕਰਕੇ ਕਰਕੇ ਨਹੀਂ ਫਿਰ ਕੰਮ ਖਤਮ ਆ। ਧੰਨਵਾਦ। ਜਾਣੇ ਇੱਕ ਤਾਂ ਹੁਣ ਸੂਰ ਸਿੰਘ ਜੀ।